ਬੜੀ ਅਹਿਮੀਅਤ ਹੈ ਜੀ। ਸਾਰਿਆਂ ਨੇ ਕਿਹਾ ਸੀ ਬੀਜੇਪੀ ਨਹੀਂ ਜਿੱਤੇਗੀ ਹਰਿਆਣੇ 'ਚ, ਅੱਜ ਦੇਖ ਲਓ ਲੋਕਾਂ ਨੇ ਮੈਂਡੇਟ ਦਿੱਤਾ ਹੈਗਾ, ਬੜੀ ਬਹੁਮਤ ਨਾਲ ਜਿੱਤੀ ਹੈ। ਔਰ ਇਹ ਸਾਰਾ ਕੁਛ ਸਿਹਰਾ ਸਾਡੇ ਪ੍ਰਾਈਮ ਮਿਨਿਸਟਰ ਦੇ ਸਿਰ 'ਤੇ ਜਾਂਦਾ ਹੈਗਾ। ਜਿੰਨੀਆਂ ਸਕੀਮਾਂ ਕੱਢੀਆਂ ਨੇ ਲੋਕਾਂ ਵਾਸਤੇ ਉਹ ਹਰਿਆਣੇ 'ਚ ਗਰਾਊਂਡ 'ਚ ਪਹੁੰਚੀਆਂ ਨੇ ਔਰ ਲੋਕ ਖੁਸ਼ ਨੇ ਇਸ ਦੇ ਨਾਲ, ਤਾਂ ਹੀ ਸਾਡੀ ਹੈਟ੍ਰਿਕ ਹੋਇਆ ਅੱਜ ਹਰਿਆਣੇ ਵਿੱਚ। ਜ਼ਰੂਰ ਬਣਾ ਰਹੀ ਹੈ ਗਰਾਊਂਡ ਔਰ ਹੋਰ ਵੀ ਬਣਾਏਗੀ, ਔਰ ਤੁਸੀਂ ਦੇਖਣਾ 27 'ਚ ਸਾਡੀ ਸਰਕਾਰ ਆਏਗੀ। ਹਰਿਆਣਾ ਵਿੱਚ ਤਾਂ ਬਿਲਕੁਲ ਸਫਾਈ ਹੋ ਗਈ, ਦੇਖੋ ਹਰਿਆਣਾ ਸੈਂਟਰ 'ਚ ਆਉਂਦਾ, ਇੱਕ ਪਾਸੇ ਦਿੱਲੀ ਹੈ ਇੱਕ ਪਾਸੇ ਪੰਜਾਬ ਹੈ, ਔਰ ਜਿਵੇਂ ਗਵਰਨਮੈਂਟਾਂ ਚਲਾ ਰਹੀਆਂ ਨੇ ਨਾ ਦੋਨੋਂ ਸਟੇਟਾਂ ਨੂੰ, ਸਾਰਿਆਂ ਨੂੰ ਪਤਾ ਹੈ ਕਿ ਆਪਦਾ ਪੱਲੇ ਕੁਛ ਨਹੀਂ ਰਿਹਾ, ਸੋ ਇਸ ਕਰਕੇ ਆਪਦਾ ਤਾਂ ਖਾਤਾ ਹੀ ਨਹੀਂ ਖੁੱਲਿਆ। ਬੜਾ ਵਧੀਆ ਜੀ, ਔਰ ਚਾਹੀਦਾ ਵੀ ਹੈਗਾ, ਜਿਹੜੀਆਂ ਨੀਤੀਆਂ ਲੋਕਾਂ ਨੂੰ ਮਿਲੀਆਂ ਨੇ ਉਹਦਾ ਜਵਾਬ ਦਿੱਤਾ ਇਹਨਾਂ ਨੇ, ਔਰ ਕਾਂਗਰਸ ਬਸ ਇੱਕੋ ਚੀਜ਼ 'ਤੇ ਸੰਵਿਧਾਨ ਦੇ ਪਿੱਛੇ ਪਈ ਹੋਈ ਸੀਗੀ, ਉਹ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਹੈਗਾ ਕਿ ਬਿਲਕੁਲ ਸੱਚ ਨਹੀਂ ਸੀਗਾ। ਔਰ ਹੁਣ ਤੁਸੀਂ ਦੇਖਣਾ ਕਿੰਨੀਆਂ ਹੋਰ ਸਕੀਮਾਂ ਆਉਣਗੀਆਂ। ਆਪਾਂ ਸੈਂਟਰਲ ਗਵਰਨਮੈਂਟ ਨੇ ਕਿੰਨੀਆਂ ਸਕੀਮਾਂ ਪੰਜਾਬ 'ਚ ਵੀ ਭੇਜੀਆਂ ਨੇ, ਅਸੀਂ ਉਹਨਾਂ ਨੂੰ ਘਰ ਘਰ ਪਹੁੰਚਾਵਾਂਗੇ, ਅੱਗੇ ਵੀ ਪਹੁੰਚਾ ਰਹੇ ਹਾਂ, ਹੁਣ ਜ਼ਿਆਦਾ ਜ਼ੋਰ ਲਾਵਾਂਗੇ ਕਿ ਘਰ ਘਰ ਪਹੁੰਚਾਈਏ। ਔਰ 3 ਬਾਈ ਇਲੈਕਸ਼ਨ ਵੀ ਆ ਰਹੀਆਂ ਨੇ ਔਰ 27 'ਚ ਤੁਸੀਂ ਦੇਖਣਾ ਕਿਵੇਂ ਪਲਟੇਗਾ, ਆਪਾਂ ਜਿੱਤਾਂਗੇ। ਬੈਟਰ ਹੈ, ਬੈਟਰ ਹੈ। ਦੇਖੋ ਹਰਿਆਣਾ ਵਿੱਚ ਸਾਇਲੈਂਟ ਵੋਟ ਪਈ ਹੈ ਔਰ ਮੈਂਡੇਟ ਦਿੱਤਾ ਹੈ ਬੀਜੇਪੀ ਗਵਰਨਮੈਂਟ ਨੂੰ, ਔਰ ਜੋ ਇਹ ਲੋਕ ਕਹਿੰਦੇ ਸੀਗੇ ਕਿ ਸਾਰੇ ਨਿਊਜ਼ ਚੈਨਲਸ ਕੇ ਵਨ ਸਾਈਡਡ ਉਹਦਾ ਅੱਜ ਜਵਾਬ ਮਿਲ ਗਿਆ।